तो सबसे बड़ा इल्जाम लगाया कि माँ बच्चे को छोड़ के भाग गई। ये माँ ने जाना होता ना तो बच्चे को ना आती माँ वापस। ये माता रानी ने भेजा मेरे लिए कि नहीं अपने बच्चे को जा। और ओदे नाल दा आया होया एक गुंडा एक लड़की नू थप्पड़ मार रहा है, शरेआम थप्पड़ मार रहा है। ਕੀ ਕੁਲਵਿੰਦਰ ਕੌਰ ਨੇ ਵਾਕਈ ਦੇ ਵਿੱਚ ਯੂ ਟਰਨ ਮਾਰ ਲਿਆ? ਕੀ ਕੁਲਵਿੰਦਰ ਕੌਰ ਨੇ ਆਪਣੀ ਗਲਤੀ ਦਾ ਪਛਤਾਵਾ ਕੀਤਾ ਹੈ? ਕੀ ਕੁਲਵਿੰਦਰ ਕੌਰ ਨੇ ਮਾਫ਼ੀ ਮੰਗ ਲਿੱਤੀ ਹੈ? ਸੋਸ਼ਲ ਮੀਡੀਆ ਦੀਆਂ ਵਾਇਰਲ ਵੀਡੀਓ ਤੁਹਾਡੇ ਨਾਲ ਸਾਂਝੀਆਂ ਕਰਾਂਗੇ, ਤਾਂ ਬਣੀ ਰਹੋ ਵੀਡੀਓ ਦੇ ਲਾਸਟ ਤੱਕ। ਜੇਕਰ ਆਪਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ, ਨਾਲ ਦਿੱਤੇ ਬੈੱਲ ਆਈਕਨ ਨੂੰ ਪ੍ਰੈਸ ਕਰਕੇ ਆਲ 'ਤੇ ਵੀ ਕਲਿੱਕ ਕਰ ਦਿਓ, ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਆਪ ਨੂੰ ਮਿਲੇ ਸਭ ਤੋਂ ਪਹਿਲਾਂ। ਸਾਰਿਆਂ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਜਸਪ੍ਰੀਤ ਦੀ। ਜਿਵੇਂ ਕਿ ਆਪ ਸਭ ਨੂੰ ਪਤਾ ਹੈ, ਬੀਤੇ ਕੁਝ ਦਿਨਾਂ ਤੋਂ ਜਸਪ੍ਰੀਤ ਲਗਾਤਾਰ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਸੀ। ਇਹ 10 ਸਾਲ ਦਾ ਲੜਕਾ ਬੜੀ ਤੇਜ਼ੀ ਦੇ ਨਾਲ ਵਾਇਰਲ ਹੋਇਆ, ਉਸ ਬਾਰੇ ਤੁਸੀਂ ਜਾਣਦੇ ਹੋ। ਪਰ 3-4 ਵਾਰ ਇਹਨਾਂ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹੀਆਂ। ਇਹਨਾਂ ਦੇ ਜਿਹੜੇ ਆਪਸੀ ਮਤਭੇਦ ਸੀ, ਯਾਨੀ ਕਿ ਜਸਪ੍ਰੀਤ ਦੀ ਭੂਆ ਅਤੇ ਮਾਤਾ ਦੇ ਵਿੱਚ ਜੋ ਮਤਭੇਦ ਚੱਲ ਰਹੇ ਸੀ, ਉਹਨਾਂ ਨੂੰ ਲੈ ਕੇ ਲਗਾਤਾਰ ਹੀ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਸੀ। ਪਰ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੁਣ ਮਾਮਲਾ ਸਾਹਮਣੇ ਆਇਆ ਸੀ ਉਹ ਜਸਪ੍ਰੀਤ ਅਤੇ ਜਸਪ੍ਰੀਤ ਦੀ ਸਿਸਟਰ ਨੂੰ ਲੈ ਕੇ ਸੀ। ਇਸ ਸਮੇਂ ਜਸਪ੍ਰੀਤ ਆਪਣੀ ਮਾਤਾ ਦੇ ਨਾਲ ਰਹਿ ਰਿਹਾ, ਪਰ ਜਿਹੜੀ ਜਸਪ੍ਰੀਤ ਦੀ ਸਿਸਟਰ ਹੈ ਉਹ ਆਪਣੀ ਭੂਆ ਦੇ ਕੋਲ ਹੀ ਹੈ। ਹੁਣ ਜਿਹੜਾ ਮਾਮਲਾ ਸਾਹਮਣੇ ਆਇਆ, ਜਿਹੜਾ ਵਿਵਾਦ ਹੋਇਆ, ਉਹ ਤੁਹਾਨੂੰ ਦੱਸਦੇ ਹਾਂ। ਜਿਹੜੀ ਫੂਡ ਕਾਰਟ ਹਰਮੀਤ ਸਿੰਘ ਪਿੰਕਾ ਹੋਰਾਂ ਨੇ ਜਨਤਾ ਦੀ ਸੇਵਾ ਦੇ ਨਾਲ ਜਸਪ੍ਰੀਤ ਨੂੰ ਲੈ ਕੇ ਦਿੱਤੀ ਸੀ, ਉਹ ਫੂਡ ਕਾਰਟ ਨੂੰ ਲੈ ਕੇ ਰੌਲਾ ਪਿਆ ਹੋਇਆ ਸੀ। ਅੱਜ ਤੋਂ ਕੁਝ ਟਾਈਮ ਪਹਿਲਾਂ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਜਸਪ੍ਰੀਤ ਦੀ ਮਾਤਾ ਜੀ ਕਹਿੰਦੇ ਨੇ ਕਿ ਮੈਨੂੰ ਕੋਈ ਵੀ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ। ਜੋ ਵੀ ਜਸਪ੍ਰੀਤ ਦੀ ਹੁਣ ਤੱਕ ਮਦਦ ਹੋਈ ਹੈ, ਜੋ ਵੀ ਕੈਸ਼ ਆਇਆ ਜਾਂ ਫਿਰ ਰਾਸ਼ਨ ਆਇਆ, ਉਸ ਦੇ ਬਾਰੇ ਵਿੱਚ ਮੈਨੂੰ ਕੋਈ ਵੀ ਹਿਸਾਬ ਕਿਤਾਬ ਨਹੀਂ ਦਿੱਤਾ ਜਾ ਰਿਹਾ। ਨਾ ਹੀ ਤਾਂ ਭੂਆ ਕੋਈ ਗੱਲ ਦੱਸਦੀ ਹੈ ਅਤੇ ਨਾ ਹੀ ਭੂਆ ਦਾ ਲੜਕਾ। ਜਿਸ ਨੂੰ ਲੈ ਕੇ ਜਿਵੇਂ ਹੀ ਇਹ ਵੀਡੀਓ ਵਾਇਰਲ ਹੋਈ, ਉਸ ਤੋਂ ਬਾਅਦ ਹਰਮੀਤ ਸਿੰਘ ਪਿੰਕਾ ਹੋਰਾਂ ਨੇ ਦੋਨਾਂ ਨੂੰ ਆਪਣੇ ਆਫਿਸ ਬੁਲਾਇਆ ਅਤੇ ਦੁਬਾਰਾ ਤੋਂ ਸਮਝਾਇਆ ਗਿਆ, ਜਿੱਥੇ ਕਿ ਇੱਕ ਐਗਰੀਮੈਂਟ ਕੀਤਾ ਗਿਆ ਫੂਡ ਕਾਰਡ ਨੂੰ ਲੈ ਕੇ ਕਿ ਗੁਰਮੁਖ ਹੈ ਜੋ ਜਸਪ੍ਰੀਤ ਦੇ ਭੂਆ ਦਾ ਲੜਕਾ, ਗੁਰਮੁਖ ਅਤੇ ਜਸਪ੍ਰੀਤ ਦੋਨੋਂ ਪਾਰਟਨਰਸ਼ਿਪ ਦੇ ਵਿੱਚ ਕੰਮ ਕਰਨਗੇ, ਜਿਸ 'ਤੇ ਕਿ ਜਸਪ੍ਰੀਤ ਦੀ ਮਾਤਾ ਜੀ ਨੇ ਵੀ ਸਹਿਮਤੀ ਜਿਤਾਈ ਸੀ। ਪਰ ਕੁਛ ਹੀ ਦਿਨਾਂ ਬਾਅਦ, ਯਾਨੀ ਕਿ 1-2 ਦਿਨਾਂ ਬਾਅਦ, ਜਸਪ੍ਰੀਤ ਦੀ ਮਾਤਾ ਜੀ ਦੀ ਇੱਕ ਵੀਡੀਓ ਫਿਰ ਦੁਬਾਰਾ ਤੋਂ ਵਾਇਰਲ ਹੁੰਦੀ ਹੈ, ਜਿਸ ਵਿੱਚ ਐਗਰੀਮੈਂਟ ਤੋਂ ਬਾਅਦ ਇਹ ਗੱਲ ਕਹੀ ਜਾਂਦੀ ਹੈ ਕਿ ਅਸੀਂ ਨੇ ਪਾਰਟਨਰਸ਼ਿਪ ਵਿੱਚ ਕੰਮ ਨਹੀਂ ਕਰਨਾ, ਜਿਹੜੀ ਕਾਰਡ 'ਤੇ ਗੁਰਮੁਖ ਕੰਮ ਕਰਦਾ ਉਸ 'ਤੇ ਹੱਕ ਜਸਪ੍ਰੀਤ ਦਾ, ਇਹ ਸਾਨੂੰ ਦਿੱਤੀ ਜਾਵੇ, ਅਸੀਂ ਨੇ ਰਲ ਮਿਲ ਕੇ ਕੰਮ ਨਹੀਂ ਕਰਨਾ, ਅਸੀਂ ਆਪਣਾ ਕੰਮ ਅਲੱਗ ਕਰਾਂਗੇ। ਤਾਂ ਹੁਣ ਦੁਬਾਰਾ ਤੋਂ ਹਰਮੀਤ ਸਿੰਘ ਪਿੰਕਾ ਹੋਰਾਂ ਨੇ ਇੱਕ ਮੀਟਿੰਗ ਬਿਠਾਈ, ਸਾਰੀ ਕਮੇਟੀ ਮੈਂਬਰ ਇਕੱਠੇ ਹੋਏ, ਉੱਥੇ ਜਿਹੜਾ ਸਮਝੌਤਾ ਹੋਇਆ, ਉਹ ਜਿਹੜੀ ਨਿਊ ਫੂਡ ਕਾਰਡ ਦਿੱਤੀ ਗਈ ਸੀ ਸੰਗਤ ਦੇ ਪੈਸੇ ਦੇ ਨਾਲ, ਜਿਹੜੀ ਜਸਪ੍ਰੀਤ ਦੀ ਮਦਦ ਹੋਈ, ਉਸ ਫੂਡ ਕਾਰਡ ਦੀਆਂ ਚਾਬੀਆਂ ਹੁਣ ਜਸਪ੍ਰੀਤ ਅਤੇ ਜਸਪ੍ਰੀਤ ਦੀ ਮਾਤਾ ਨੂੰ ਭੂਆ ਦੇ ਵੱਲੋਂ ਸੌਂਪ ਦਿੱਤੀਆਂ ਗਈਆਂ। ਪਰ ਇੱਥੇ ਤੁਹਾਨੂੰ ਦੱਸਦੀ ਕਿ ਭੂਆ ਨੇ ਉਸ ਕਾਰਡ ਦੀਆਂ ਚਾਬੀਆਂ ਜਸਪ੍ਰੀਤ ਦੀ ਸਿਸਟਰ ਦੇ ਹੱਥੀਂ ਜਸਪ੍ਰੀਤ ਅਤੇ ਉਸ ਦੀ ਮਾਤਾ ਨੂੰ ਸੌਂਪਣ ਨੂੰ ਕਿਹਾ ਗਿਆ, ਅਤੇ ਜਸਪ੍ਰੀਤ ਦੀ ਸਿਸਟਰ ਨੇ ਉਹ ਚਾਬੀਆਂ ਸੌਂਪੀਆਂ ਅਤੇ ਲੜਕੀ ਭਾਵੁਕ ਵੀ ਦਿਖੀ, ਕਾਫੀ ਗੁੱਸੇ ਦੇ ਵਿੱਚ। ਤੁਸੀਂ ਅੱਗੇ ਪਹਿਲਾਂ ਇਹ ਵੀਡੀਓ ਕਲਿੱਪ ਦੇਖੋ, ਉਸ ਤੋਂ ਬਾਅਦ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਜੋ ਕਹਿਣਾ ਹੋ, ਤੈਨੂੰ ਤੇਰੀ ਚਾਬੀ ਔਰ ਤੇਰੀ ਮੰਮੀ ਮੁਬਾਰਕ ਹੋ। ਜਿਵੇਂ ਕਿ ਤੁਸੀਂ ਨੇ ਇਹ ਵੀਡੀਓ ਦੇਖੀ, ਲੜਕੀ ਕਾਫੀ ਭਾਵੁਕ ਵੀ ਹੈ ਤੇ ਮਾਤਾ ਦੇ ਨਾਲ ਅਤੇ ਆਪਣੇ ਬ੍ਰਦਰ ਦੇ ਨਾਲ ਕਿਤੇ ਨਾ ਕਿਤੇ ਨਾਰਾਜ਼ ਵੀ ਹੈ। ਹਜੇ ਤੱਕ ਇਹ ਲੜਕੀ ਆਪਣੀ ਭੂਆ ਦੇ ਕੋਲ ਹੀ ਹੈ, ਜਸਪ੍ਰੀਤ ਅਤੇ ਜਸਪ੍ਰੀਤ ਦੀ ਮਾਤਾ ਆਪਣੇ ਚਾਚੇ ਦੇ ਘਰ ਹੈ। ਪਰ ਜਿਹੜੀ ਉਹ ਫੂਡ ਕਾਰਡ ਸੀ ਨਵੀਂ, ਉਹ ਜਸਪ੍ਰੀਤ ਨੂੰ ਦੇ ਦਿੱਤੀ ਗਈ ਹੈ, ਜਿਸ 'ਤੇ ਕਿ ਪਹਿਲਾਂ ਗੁਰਮੁਖ ਕੰਮ ਕਰਦਾ ਸੀ, ਅਤੇ ਜਿਹੜੀ ਪੁਰਾਣੀ ਫੂਡ ਕਾਰਡ ਹੈ ਉਹ ਜਸਪ੍ਰੀਤ ਦੀ ਭੂਆ ਨੂੰ ਦਿੱਤੀ ਗਈ ਹੈ। ਹੁਣ ਜਿਹੜੀ ਗੱਲ ਰਹੇਗੀ ਕਿ ਜਸਪ੍ਰੀਤ ਦੀ ਜਿਹੜੀ ਸਿਸਟਰ ਹੈ ਉਹ ਆਪਣੀ ਮਾਤਾ ਦੇ ਨਾਲ ਨਹੀਂ ਗਈ, ਉਹ ਹੁਣ ਘਰੇਲੂ ਮੈਟਰ ਹੈ, ਆਪੇ ਸਮਝਾ ਬੁਝਾ ਕੇ ਬੱਚੇ ਚਲੋ ਮਨਾ ਲੈਣਗੇ, ਉਹ ਚਲੇ ਜਾਣਗੇ। ਪਰ ਇੱਥੇ ਤੁਹਾਨੂੰ ਦੱਸਣਾ ਚਾਹਾਂਗੀ ਕਿ ਹੁਣ ਇਸ ਮੈਟਰ ਨੂੰ ਹਰਮੀਤ ਸਿੰਘ ਪਿੰਕਾ ਹੋਰਾਂ ਨੇ ਕਲੋਜ਼ ਕਰ ਦਿੱਤਾ, ਅਤੇ ਉਸ ਤੋਂ ਬਾਅਦ ਕਈ ਸਾਰੇ ਯੂਟਿਊਬਰਾਂ ਦੇ ਵੱਲੋਂ ਵੀਡੀਓ ਸਾਂਝੀ ਕੀਤੀ ਗਈ, ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਵਾਕਿਆ ਦੇ ਵਿੱਚ ਜਸਪ੍ਰੀਤ ਅਤੇ ਉਸ ਦੀ ਮਾਤਾ ਨੂੰ ਜਿਹੜੀ ਫੂਡ ਕਾਰਟ ਮਿਲੀ ਹੈ ਉਹ ਜਾ ਕੇ ਕੰਮ ਕਰਦੇ ਵੀ ਹੈ ਜਾਂ ਫਿਰ ਨਹੀਂ, ਜਾਂ ਕੋਈ ਹੋਰ ਕੋਈ ਦਿੱਕਤ ਤਾਂ ਨਹੀਂ। ਜੇਕਰ ਫੂਡ ਬਲੌਗਰਾਂ ਨੇ ਜਾ ਕੇ ਪਤਾ ਕੀਤਾ ਤਾਂ ਵਾਕਿਆ ਦੇ ਵਿੱਚ ਜਸਪ੍ਰੀਤ ਦੀ ਮਾਤਾ ਅਤੇ ਜਸਪ੍ਰੀਤ ਜਸਪ੍ਰੀਤ ਦਾ ਚਾਚਾ ਵੀ ਉੱਥੇ ਕਾਰਟ ਲਾਉਂਦੇ ਨੇ। 3 ਵਜੇ ਤੋਂ ਲੈ ਕੇ ਰਾਤ ਦੇ 11 ਵਜੇ ਤੱਕ ਕਾਰਟ ਖੁੱਲ੍ਹੀ ਹੁੰਦੀ ਹੈ,
ਸਿਵਾਏ ਮੰਗਲਵਾਰ ਤੋਂ। ਦੋਨੇ ਮਾਂ ਬੇਟਾ ਰਲ ਮਿਲ ਕੇ ਇਹ ਕੰਮ ਕਰ ਰਹੇ ਆ। ਹੁਣ ਤੱਕ ਦੋਨੇ ਮਾਂ ਬੇਟਾ ਆਪਣੇ ਚਾਚੇ ਦੇ ਘਰ ਜਿਵੇਂ ਪਹਿਲਾਂ ਰਲ ਮਿਲ ਕੇ ਕੰਮ ਕਰਦੇ ਸੀ ਉਸੇ ਤਰ੍ਹਾਂ ਹੀ ਹੁਣ ਕੰਮ ਕਰ ਰਹੇ ਨੇ। ਮਾਂ ਬੇਟਾ ਕਾਫੀ ਖੁਸ਼ ਵੀ ਦਿਖੇ। ਜਨਤਾ ਦਾ ਵੀ ਇਹੋ ਫੈਸਲਾ ਸੀ, ਸੰਗਤ ਨੇ ਇਹ ਗੱਲ ਕਹੀ ਸੀ ਵੀ ਸੰਗਤ ਦਾ ਪੈਸਾ ਲੋਕਾਂ ਨੇ ਜਸਪ੍ਰੀਤ ਦੀ ਮਦਦ ਕੀਤੀ ਹੈ, ਇਸ ਦੇ ਵਿੱਚ ਕਿਸੇ ਨੂੰ ਵੀ ਹਿੱਸੇਦਾਰ ਨਾ ਬਣਾਇਆ ਜਾਵੇ। ਇਹ ਜੋ ਵੀ ਮਦਦ ਆਈ ਹੈ ਜਸਪ੍ਰੀਤ ਨੂੰ ਦਿੱਤੀ ਗਈ ਹੈ ਅਤੇ ਜਸਪ੍ਰੀਤ ਹੀ ਇਸ ਦਾ ਹੱਕਦਾਰ ਹੈ, ਜਸਪ੍ਰੀਤ ਦੀ ਮਾਤਾ ਇਸ ਦੀ ਹੱਕਦਾਰ ਹੈ। ਤਾਂ ਇਸ ਲਈ ਇਹ ਫੈਸਲਾ ਲੈਣਾ ਪਿਆ, ਇਸ ਮੈਟਰ ਨੂੰ ਹੁਣ ਕਲੋਜ਼ ਕਰ ਦਿੱਤਾ ਗਿਆ। ਛੋਟੀ ਜਿਹੀ ਵੀਡੀਓ ਕਲਿੱਪ ਦੇਖ ਸਕਦੇ ਹੋ ਕਿ ਜੋ ਹੁਣ ਦੁਬਾਰਾ ਤੋਂ ਕੰਮ ਸ਼ੁਰੂ ਕੀਤਾ ਗਿਆ, ਦੁਬਾਰਾ ਤੋਂ ਕਾਟ ਲਾਈ ਗਈ ਹੈ, ਉਸ ਦੀਆਂ ਤਸਵੀਰਾਂ ਤੁਸੀਂ ਅੱਗੇ ਦੇਖ ਸਕਦੇ ਹੋ। ਆਪੇ ਤੋਂ ਸਭ ਤੋਂ ਬੜਾ ਇਲਜ਼ਾਮ ਲਗਾਇਆ ਕਿ ਮਾਂ ਬੱਚੇ ਕੋਲ ਛੋੜ ਕੇ ਭੱਜ ਗਈ। ਜੇ ਮਾਂ ਨੇ ਜਾਣਾ ਹੁੰਦਾ ਨਾ ਤੇ ਬੱਚੇ ਦੇ ਕੋਲ ਨਾ ਆਤੀ ਮਾਂ ਵਾਪਸ, ਜੇ ਮਾਤਾ ਰਾਣੀ ਨੇ ਭੇਜਿਆ ਮੇਰੇ ਲਈ ਕਿ ਨਹੀਂ ਆਪਣੇ ਬੱਚੇ ਕੋਲ ਜਾ। ਇਸਕੇ ਹਾਥ ਮੇ ਹਾਸੂ ਨਹੀਂ ਹੈ, ਮੇਰੇ ਤੇ ਆਸੂ ਹੈਗੇ ਨਾ। ਬੰਦਾ ਗੁਜ਼ਰ ਜਾਂਦਾ ਉਸਕੋ ਦਰਦ ਨਹੀਂ ਹੋਤਾ, ਪਾਲੀ ਮੈਂ ਹੀ ਹੈ, ਪਰੋਸੇ ਵੀ ਮੈਂ ਹੀ ਹੈ ਨਾ, ਤੇ ਮਾਂ ਤਾਂ ਮੈਂ ਹੀ ਬਣੂੰਗੀ ਨਾ ਉਸਕੀ। ਬੱਚਾ ਮੇਰਾ ਦੇਖੋ ਪੜਨ ਵਾਲਾ ਹੈਗਾ, ਉਸਕੋ ਪੜਾਵਾਂਗੀ ਲਿਖਾਵਾਂਗੀ, ਪਹਿਲਾਂ ਜੈਸੇ ਕਰਦੀ ਸੀ ਵੈਸੇ ਹੀ ਕਰੂੰਗੀ ਨਾ ਮੈਂ ਕੰਮ। ਬੱਚੇ ਕੋ ਤਾਂ ਮੈਂ ਪੜਾਉਣਾ ਚਾਹੁੰਦੀ ਹਾਂ, ਬਸ ਮੇਰਾ ਬੱਚਾ ਪੜ ਜਾਏ। ਪਿਤਾ ਜੀ ਕੇ ਇੱਕ ਹਫਤੇ ਕੇ ਗੁਜ਼ਰਨੇ ਕੇ ਬਾਅਦ ਹੀ ਨਾ ਇਹ ਕੰਮ ਪੇ ਆ। ਔਰ ਅਬ ਆਪਕੋ ਰੇਡੀ ਮਿਲ ਗਈ, ਆਪਕੋ ਕਿਤਨੀ ਖੁਸ਼ੀ ਹੈ? ਬਹੁਤ ਜ਼ਿਆਦਾ ਖੁਸ਼ੀ ਹੈ। ਕਾਫੀ ਸਾਰੀ ਦਿੱਕਤੋਂ ਦਾ ਸਾਹਮਣਾ ਵੀ ਕਰਨਾ ਹੋਊਗਾ ਆਪਕੋ? ਬਸ ਆਪ ਖੁਸ਼ ਹੈ? ਆਪ ਹਾਂਜੀ, ਬਸ ਇੱਕ ਬੱਚਾ ਮੇਰੇ ਕੋਲ ਆ ਗਿਆ, ਥੋੜੇ ਧੀਰੇ ਧੀਰੇ ਆਪੇ ਬੇਟੀ ਆ ਜਾਏਗੀ ਮੇਰੇ, ਬਸ ਹੋਰ ਕੁਛ ਨਹੀਂ ਚਾਹੀਏ, ਕਾਰਡ ਮਿਲ ਗਿਆ ਇੰਨਾ ਹੀ ਬੜਾ। ਜੋ ਲੜਕਾ ਗੁਰਮੁਖ ਹੈ ਉਸਨੇ ਆਪਕੋ ਸਾਮਾਨ ਦੇ ਦਿਆ ਸਾਰਾ? ਹਾਂ ਦੇ ਦਿੱਤਾ ਸਾਰਾ। ਔਰ ਜੋ ਰੋ ਮਟੀਰੀਅਲ ਚਿਕਨ ਉਕਨ ਬਣਾਨੇ ਕਾ, ਉਹ ਸਭ ਮੈਂ ਆਪਣੇ ਵੱਲੋਂ ਲੈ ਲਿਆ। ਅੱਛਾ ਜੀ, ਆਪਕੇ ਆਪਣੇ ਪੈਸੋ ਸੇ ਉਸਕਾ ਸਾਮਾਨ ਉਸਨੇ ਲੈ ਲਿਆ? ਆਜ ਸੇ ਗੁਰਮੁਖ ਵੀ ਅਲੱਗ ਰੇਟ ਲਗਾਏਗਾ? ਦੋਸਤੋ, ਕੰਗਣਾ ਨੇ ਕਿਸਾਨਾਂ ਪ੍ਰਤੀ ਜੋ ਟਿੱਪਣੀ ਕੀਤੀ ਸੀ ਉਸ ਨੂੰ ਲੈ ਕੇ ਹਰ ਕੋਈ ਪਹਿਲੇ ਦਿਨੋਂ ਹੀ ਕੰਗਣਾ ਨੂੰ ਮਨਾ ਹੀ ਕਹਿੰਦਾ, ਕੋਈ ਵੀ ਚੰਗਾ ਨਹੀਂ ਕਹਿੰਦਾ। ਪਰ ਕੁਲਵਿੰਦਰ ਕੌਰ ਨੇ ਜੋ ਔਨ ਡਿਊਟੀ ਕੰਗਣਾ ਦੇ ਚਪੇੜਾ ਮਾਰਿਆ ਉਸ ਨੂੰ ਲੈ ਕੇ ਕਈ ਲੋਕ ਸਵਾਲ ਚੁੱਕ ਰਹੇ ਨੇ। ਜਿਹੜੇ ਲੋਕ ਕੁਲਵਿੰਦਰ ਕੌਰ ਦਾ ਵਿਰੋਧ ਕਰ ਰਹੇ ਨੇ ਉਹਨਾਂ ਦਾ ਕਹਿਣਾ ਹੈ ਕਿ ਹਰ ਇਨਸਾਨ ਦੀ ਆਪਣੀ ਆਪਣੀ ਅਲੱਗ ਅਲੱਗ ਸੋਚ ਹੁੰਦੀ ਹੈ, ਕਿਸੇ ਦੀ ਸੋਚ ਨਾਲ ਕੋਈ ਨਹੀਂ ਸਹਿਮਤ ਹੁੰਦਾ। ਜਿਹੜਾ ਜਵਾਨ ਫੋਰਸ ਵਿੱਚ ਹੈ ਉਹਨਾਂ ਦੀ ਆਪਣੀ ਆਪਣੀ ਸੋਚ ਹੁੰਦੀ ਹੈ, ਕੋਈ ਮੁਲਾਜ਼ਮ ਕਿਸੇ ਦੇ ਵਿਚਾਰਾਂ ਨਾਲ ਨਾ ਸਹਿਮਤ ਹੋ ਸਕਦਾ। ਆਮ ਲੋਕ ਜਿਵੇਂ ਆਲੋਚਨਾ ਕਰਦੇ ਆ ਉਹ ਮੁਲਾਜ਼ਮ ਵੀ ਕਰ ਸਕਦਾ, ਪਰ ਜਦੋਂ ਉਸਨੇ ਵਰਦੀ ਪਾ ਲਈ ਉਸ ਸਮੇਂ ਉਸਦੀ ਨਿੱਜੀ ਰਾਏ ਨਹੀਂ ਰਹਿ ਜਾਂਦੀ, ਕਿਸੇ ਨਾਲ ਕੋਈ ਮਤਭੇਦ ਹੋਵੇ ਉਹ ਇਹ ਸਭ ਨਹੀਂ ਕਰ ਸਕਦਾ। ਵਿਰੋਧੀਆਂ ਨੇ ਇਹੋ ਤਰਕ ਦਿੱਤੇ ਜਿਵੇਂ ਮੇਜਰ ਗੌਰਵ ਬਾਰੇ ਅਤੇ ਹੋਰ ਕਈ ਵੱਡੇ ਵੱਡੇ ਯੂਟਿਊਬਰਾਂ ਦੇ ਵੱਲੋਂ ਕੰਗਣਾ ਨੇ ਗਲਤ ਬੋਲਿਆ, ਪੰਜਾਬ ਦੇ ਕਿਸਾਨਾਂ ਨੂੰ ਅੱਤਵਾਦੀ ਕਿਹਾ, ਪਰ ਉਸ ਸਮੇਂ ਵੀ ਕੰਗਣਾ 'ਤੇ ਕੋਈ ਵੀ ਕਾਰਵਾਈ ਨਹੀਂ। ਹੁਣ ਜਦ ਇਹ ਮਾਮਲਾ ਸਾਹਮਣੇ ਆਇਆ ਕਿ ਕੁਲਵਿੰਦਰ ਕੌਰ ਨੇ ਕੰਗਣਾ ਦੇ ਥੱਪੜ ਮਾਰਿਆ, ਉਸ ਤੋਂ ਬਾਅਦ ਕੰਗਣਾ ਦਾ ਜਿਹੜਾ ਬਿਆਨ ਆਇਆ ਉਸ ਵਿੱਚ ਵੀ ਪੰਜਾਬ ਦੇ ਲੋਕਾਂ ਨੂੰ ਅੱਤਵਾਦੀ ਕਹਿ ਗਈ, ਪਰ ਹਜੇ ਵੀ ਕੋਈ ਕਾਰਵਾਈ ਨਹੀਂ। ਸੋਸ਼ਲ ਮੀਡੀਆ 'ਤੇ ਕਈ ਚੀਜ਼ਾਂ ਸੁਣਨ ਨੂੰ ਮਿਲ ਰਹੀਆਂ ਕਿ ਕੁਲਵਿੰਦਰ ਕੌਰ ਨੂੰ ਅਰੈਸਟ ਕਰ ਲਿਆ ਗਿਆ, ਸਸਪੈਂਡ ਕਰ ਦਿੱਤਾ ਗਿਆ, ਪੁੱਛਗਿੱਛ ਜਾਰੀ ਹੈ। ਇਹ ਵੀ ਸੁਣਨ ਵਿੱਚ ਆਇਆ ਕਿ ਕੁਲਵਿੰਦਰ ਕੌਰ ਨੇ ਮਾਫ਼ੀ ਮੰਗੀ ਆ, ਆਪਣੀ ਗਲਤੀ ਦਾ ਪਛਤਾਵਾ ਕਰ ਰਹੀ ਹੈ। ਪਰ ਦੂਜੇ ਪਾਸੇ ਕੁਲਵਿੰਦਰ ਕੌਰ ਦੇ ਚਾਚਾ ਜੀ ਅਤੇ ਮਾਤਾ ਜੀ ਦਾ ਬਿਆਨ ਜੋ ਸਾਹਮਣੇ ਆਇਆ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਅਸੀਂ ਨਹੀਂ ਮੰਨਦੇ ਕਿ ਕੁਲਵਿੰਦਰ ਨੇ ਕੰਗਣਾ ਦੇ ਥੱਪੜ ਮਾਰਿਆ ਹੋਵੇਗਾ। ਜੇ ਥੱਪੜ ਮਾਰਿਆ ਤਾਂ ਫਿਰ ਉਹ ਵੀਡੀਓ ਅਜੇ ਤੱਕ ਸੋਸ਼ਲ ਮੀਡੀਆ 'ਤੇ ਲੋਕਾਂ ਸਾਹਮਣੇ ਕਿਉਂ ਨਹੀਂ ਆਈ? ਉਸ ਵੀਡੀਓ ਨੂੰ ਵੀ ਜਨਤਕ ਕਰਨਾ ਚਾਹੀਦਾ। ਪਰਿਵਾਰ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਕਿ ਅਸੀਂ ਨਹੀਂ ਮੰਨਦੇ। ਬਾਕੀ ਤੁਸੀਂ ਅੱਗੇ ਇਹ ਛੋਟੀ ਜਿਹੀ ਵੀਡੀਓ ਕਲਿੱਪ ਦੇਖੋ, ਉਸ ਤੋਂ ਬਾਅਦ ਆਪਾਂ ਅੱਗੇ ਦੀ ਗੱਲਬਾਤ ਕਰਦੇ ਹਾਂ। ਕੌਰ ਨੇ ਕਿਹਾ ਵੀ ਤੁਸੀਂ ਆਪਣਾ ਪਰਸ ਤੇ ਜਿਹੜਾ ਤੁਹਾਡਾ ਫੋਨ ਆ ਉਹਨੂੰ ਸਕੈਨਰ ਦੇ ਵਿੱਚ ਦੀ ਜਿਹੜਾ ਉਹ ਨਿਭਾਉਣਾ ਵਾ, ਇਹ ਤੋਂ ਲੈ ਕੇ ਜੇ ਕੰਗਣਾ ਰਾਵਤ ਜੀ ਜਿਹੜੇ ਆ ਜਿਹੜਾ ਉਹਨਾਂ ਦਾ ਅੱਗੇ ਵੀ ਜਿੱਦਾਂ ਦੀ ਉਹ ਗੱਲ ਕਰਦੇ ਆ ਉਹਨਾਂ ਦੇ ਵਿੱਚ ਜਿਹੜੀ ਆ ਤੂੰ ਮੈਂ ਹੋਈ ਆ, ਇਹਨੂੰ ਲੈ ਕੇ ਜਿਹੜਾ ਵਾ ਉਹ ਸਾਰੀ ਗੱਲਬਾਤ ਹੋਈ ਆ। ਔਰ ਦੂਸਰੇ ਬੰਨੇ ਇਹ ਕਿਹਾ ਜਾ ਰਿਹਾ ਵਾ ਕਿ ਕੰਗਣਾ ਰਣੌਤ ਦੇ ਕੁਲਵਿੰਦਰ ਕੌਰ ਵੱਲੋਂ ਥੱਪੜ ਮਾਰਿਆ ਗਿਆ ਵਾ। ਅਸੀਂ ਕਹਿੰਦੇ ਹਾਂ ਵੀ ਜੇ ਕੁਲਵਿੰਦਰ ਕੌਰ ਨੇ ਥੱਪੜ ਮਾਰਿਆ ਵਾ ਉਹਦੀ ਸਾਨੂੰ ਕੋਈ ਵੀਡੀਓ ਆਵੇ, ਕੋਈ ਬਾਹਰ ਕੋਈ ਗੱਲ ਆਉਣੀ ਚਾਹੀਦੀ ਆ। ਕਿ ਜਿਹੜਾ ਕੰਗਣਾ ਰਣੌਤ ਜੀ ਵੱਲੋਂ ਇੱਕ ਬਿਆਨ ਆਇਆ ਵਾ ਕਿ ਕੌਰ ਖਾਲਿਸਤਾਨੀ ਇਹ ਦੇਸ਼ ਦੀ ਏਕਤਾ ਤੇ ਖੰਡਰਤਾ ਨੂੰ ਜਿਹੜਾ ਵਾ ਉਹਨੂੰ ਉਹ ਤੋਂ ਖਤਰਾ ਵਾ, ਅਸੀਂ ਮੰਗ ਕਰਦੇ ਹਾਂ ਕਿ ਕੰਗਣਾ ਰਣੌਤ ਦੇ ਉੱਤੇ ਵੀ ਜਿਹੜਾ ਵਾ ਉਹ ਐਫ ਆਈ ਆਰ ਦਰਜ ਹੋਣੀ ਚਾਹੀਦੀ। ਅਸੀਂ ਜੋ ਪਰਿਵਾਰ ਆ ਜੋ ਜਸੇਬੰਦੀ ਆ ਉਹਦੇ ਨਾਲ ਆ, ਪਰ ਮੇਰੀ ਬੇਟੀ ਏਦਾਂ ਦੀ ਨਹੀਂ, ਮੈਂ ਨਹੀਂ ਮੰਨਦੀ ਨੂੰ ਜਿੰਨਾ ਚਿਰ ਮੈਂ ਆਪਣੀ ਅੱਖੀ ਨਹੀਂ ਵੇਖਦੀ।
ਤੇ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖਦੀ ਮੈਂ ਕੁਛ ਨਹੀਂ ਦੱਸ ਸਕਦੀ। ਜਿਵੇਂ ਕਿ ਤੁਸੀਂ ਨੇ ਵੀਡੀਓ ਦੇਖੀ ਇਹ ਪਰਿਵਾਰ ਦਾ ਬਿਆਨ ਸੀ, ਪਰ ਇੱਥੇ ਤੁਹਾਨੂੰ ਦੱਸਦੀ ਕਿ ਅੱਜ ਮੋਹਾਲੀ SSP ਆਫਿਸ ਕਿਸਾਨ ਆਗੂਆਂ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ ਜਾ ਕੇ ਧਰਨਾ ਪ੍ਰਦਰਸ਼ਨ ਦਿੱਤਾ ਗਿਆ, ਅਤੇ ਨਾਲ ਹੀ ਤੁਹਾਨੂੰ ਦੱਸਦੀ ਕਿ ਜਿਹੜੀ ਵੀਡੀਓ ਵਾਇਰਲ ਹੋਈ ਹੈ ਉਸ ਵੀਡੀਓ ਦੇ ਵਿੱਚ ਇੱਕ ਸ਼ਖਸ ਹੈ ਜੋ ਕਿ ਇੱਕ ਲੜਕੀ ਦੇ ਥੱਪੜ ਮਾਰ ਰਿਹਾ, ਉਸ ਗੱਲ ਨੂੰ ਸਭ ਨੇ ਇਗਨੋਰ ਕੀਤਾ, ਪਰ ਕਈ ਲੋਕਾਂ ਨੇ ਉਸ ਗੱਲ ਨੂੰ ਹੁਣ ਪੁਆਇੰਟ ਕੀਤਾ, ਖਾਸ ਕਰ ਕਿਸਾਨ ਆਗੂਆਂ ਨੇ ਉਸ ਵੀਡੀਓ ਨੂੰ ਲੈ ਕੇ ਵੀ ਸਵਾਲ ਕੀਤੇ ਕਿ ਉਸ ਬੰਦੇ 'ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਸਕਰੀਨ 'ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਦੂਜੀ ਲੜਕੀ ਦੇ ਥੱਪੜ ਮਾਰਦਾ ਹੈ, ਕਿ ਇਸ ਥੱਪੜ ਦਾ ਵੀ ਹਿਸਾਬ ਕਿਤਾਬ ਹੋਣਾ ਚਾਹੀਦਾ। ਇਹ ਕਿਸਾਨਾਂ ਦੇ ਵੱਲੋਂ ਅੱਜ ਮੁੱਦਾ ਚੱਕਿਆ ਗਿਆ ਜਦ ਕੁਲਵਿੰਦਰ ਕੌਰ ਦੇ ਮਾਮਲੇ 'ਚ SSP ਨੂੰ ਮੰਗ ਪੱਤਰ ਦੇਣ ਪਹੁੰਚੇ ਸੀ ਕਿਸਾਨ ਕਿ ਭਾਵੇਂ ਉਹ ਸਾਡੀ ਲੜਕੀ ਨਹੀਂ ਹੈ ਜਿਸ ਦੇ ਕਿ ਉਹ ਵਿਅਕਤੀ ਥੱਪੜ ਮਾਰ ਰਿਹਾ, ਪਰ ਉਸ ਦੀ ਵੀ ਇਨਕੁਆਇਰੀ ਹੋਣੀ ਚਾਹੀਦੀ ਹੈ ਕਿ ਉਸ ਵਿਅਕਤੀ ਨੇ ਉਸ ਲੜਕੀ ਦੇ ਕਿਉਂ ਥੱਪੜ ਮਾਰਿਆ। ਇਸ ਦੇ ਨਾਲ ਹੀ ਗੱਲ ਕਰ ਲੈਂਦੇ ਹਾਂ ਕਿ ਕੁਲਵਿੰਦਰ ਕੌਰ ਨੂੰ ਲੈ ਕੇ ਕਈ ਸਾਰੀਆਂ ਅਫਵਾਹਾਂ ਉੱਡ ਰਹੀਆਂ ਕਿ ਕੁਲਵਿੰਦਰ ਕੌਰ ਬਾਹਰ ਆ ਚੁੱਕੀ ਹੈ, ਕੋਈ ਕਹਿ ਰਿਹਾ ਸਜ਼ਾ ਹੋ ਚੁੱਕੀ ਹੈ, ਪਰ ਤੁਹਾਨੂੰ ਦੱਸ ਦਈਏ ਕਿ ਹੁਣ ਜਿਵੇਂ ਪਹਿਲਾਂ ਲੋਕਾਂ ਦੀ ਸਪੋਰਟ ਸੀ ਉਸ ਤਰੀਕੇ ਦੇ ਨਾਲ ਲੋਕ ਕੁਲਵਿੰਦਰ ਕੌਰ ਦੀ ਸਪੋਰਟ ਦੇ ਵਿੱਚ ਹੈ, ਹਰ ਕੋਈ ਕੁਲਵਿੰਦਰ ਕੌਰ ਦਾ ਹੀ ਸਾਥ ਦੇ ਰਿਹਾ। ਕੁਝ ਕੁ ਲੋਕ ਨੇ ਜੋ ਕੁਲਵਿੰਦਰ ਕੌਰ ਦੀ ਨਿਖੇਧੀ ਕਰ ਰਹੇ ਹੈ, ਕੁਲਵਿੰਦਰ ਕੌਰ ਦਾ ਸਾਥ ਨਹੀਂ ਦੇ ਰਹੇ, ਉਹਨਾਂ ਦੇ ਵੱਲੋਂ ਇਹੋ ਜਿਹੇ ਤਰਕ ਰੱਖੇ ਗਏ ਕਿ ਡਿਊਟੀ ਟਾਈਮ ਇਹੋ ਜਿਹਾ ਕੰਮ ਨਹੀਂ ਕਰਨਾ ਚਾਹੀਦਾ ਸੀ, ਕਿ ਜਦ ਕੋਈ ਵੀ ਮੁਲਾਜ਼ਮ ਡਿਊਟੀ 'ਤੇ ਹੁੰਦਾ, ਜਦੋਂ ਕੋਈ ਵਰਦੀ ਪਾ ਲੈਂਦਾ ਉਸ ਲਈ ਸਭ ਇੱਕ ਬਰਾਬਰ ਹੁੰਦੇ ਨੇ, ਉਸ ਲਈ ਜਨਤਾ ਸੇਵਾ ਕਰਨੀ ਹੁੰਦੀ ਹੈ, ਸੁਰੱਖਿਆ ਕਰਨੀ ਹੁੰਦੀ ਹੈ, ਤਾਂ ਇਹਨਾਂ ਚੀਜ਼ਾਂ ਨੂੰ ਲੈ ਕੇ ਇਹ ਸਵਾਲ ਖੜ੍ਹੇ ਹੋ ਰਹੇ ਆ। ਤੁਹਾਡਾ ਇਸ ਬਾਰੇ ਕੀ ਕਹਿਣਾ, ਕਮੈਂਟ ਕਰਕੇ ਜ਼ਰੂਰ ਦੱਸਿਓ। ਇਹ ਵੀਡੀਓ ਤੁਸੀਂ ਕਿੱਥੋਂ ਵੇਖ ਰਹੇ ਹੋ, ਆਪਣੇ ਪਿੰਡ ਅਤੇ ਸ਼ਹਿਰ ਦਾ ਨਾਮ ਵੀ ਜ਼ਰੂਰ ਲਿਖ। ਗੱਲ ਰੱਖੀ ਗਈ ਹੈ ਕਿ ਸਾਡੀ ਲੜਕੀ ਨੇ, ਪਤਾ ਨਹੀਂ ਹਜੇ ਕੋਈ ਵੀਡੀਓ ਵਾਇਰਲ ਨਹੀਂ ਹੋ ਰਹੀ, ਕਿਹਾ ਜਾ ਰਿਹਾ ਕਿ ਕੁਲਵਿੰਦਰ ਨੇ ਲੱਫੜ ਮਾਰਿਆ, ਕੁਲਵਿੰਦਰ ਨੇ ਥੱਪੜ ਮਾਰਿਆ। ਮੇਰਾ ਖਿਆਲ ਹੈ ਜਿੰਨੇ ਆਪਾਂ ਬੈਠੇ ਹਾਂ, ਆਪਾਂ ਕਿਸੇ ਅਫਸਰ ਨੇ ਹਜੇ ਤੱਕ ਉਹ ਵੀਡੀਓ ਨਹੀਂ ਦੇਖੀ ਹੋਣੀ ਕਿ ਸਾਡੀ ਕੁੜੀ ਥੱਪੜ ਮਾਰਦੀ ਹੋਵੇ, ਲੇਕਿਨ ਸਾਡੀ ਤੇ ਕਾਰਵਾਈ ਸ਼ੁਰੂ ਹੋ ਗਈ। ਔਰ ਉਹਦੇ ਨਾਲ ਦਾ ਆਇਆ ਹੋਇਆ ਇੱਕ ਗੁੰਡਾ ਇੱਕ ਲੜਕੀ ਨੂੰ ਥੱਪੜ ਮਾਰ ਰਿਹਾ, ਸ਼ਰੇਆਮ ਥੱਪੜ ਮਾਰ ਰਿਹਾ, ਫਿਰ ਉਹਦੇ 'ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਕੰਗਣਾ ਰਣੌਤ 'ਤੇ ਕਾਰਵਾਈ ਕਿਉਂ ਨਹੀਂ ਹੋ ਰਹੀ? ਉਹਦੇ 'ਤੇ ਤਾਂ ਇਹ ਕਾਰਵਾਈ ਬਣਦੀ ਹੈ ਕਿ ਦੇਸ਼ ਨੂੰ ਤੋੜਨ ਲਈ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ। ਔਰ ਉਹਦੇ 'ਤੇ ਉਹਨਾਂ ਨੇ ਇਹ ਕਿਹਾ, ਜੋ ਅਫਸਰਾਂ ਨੇ ਵਿਸ਼ਵਾਸ ਦਵਾਇਆ, ਜੋ ਸਾਨੂੰ ਅੰਦਰ ਕਿਹਾ, ਉਹ ਇਹ ਹੈ ਕਿ ਅਸੀਂ ਲੜਕੀ ਦੀ ਜਿਹੜੀ ਜਾਂਚ ਦੀ ਤੁਸੀਂ ਮੰਗ ਕੀਤੀ ਹੈ ਕਿ ਬਿਲਕੁਲ ਇੰਡੀਪੈਂਡੈਂਟ ਹੋਵੇ, ਉਹ ਅਸੀਂ ਤੁਹਾਡੇ ਤੋਂ ਪਹਿਲਾਂ ਹੀ ਇਸ ਗੱਲ 'ਤੇ ਜ਼ੋਰ ਲਾ ਰਹੇ ਹਾਂ ਕਿ ਇਸ ਲੜਕੀ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣੀ ਚਾਹੀਦੀ, ਇੰਡੀਪੈਂਡੈਂਟ ਜਾਂਚ ਹੋਣੀ ਚਾਹੀਦੀ ਹੈ।